ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ ਤੁਹਾਡਾ ਸਾਰਿਆਂ ਦਾ? ਉਮੀਦ ਆ ਸਾਰੇ ਠੀਕ ਠਾਕ ਹੀ ਹੋਵੋਗੇ। ਤਾਂ ਲਓ ਜੀ, ਹੁਣ ਜਿਹੜੀ ਕੱਲ੍ਹ ਆਪਾਂ ਵੀਡੀਓ ਬੰਦ ਕਰੀ ਸੀਗੀ, ਉਹ ਮੈਂ ਰਾਮਪੁਰ ਤੋਂ ਨਾ ਪਿੱਛੇ ਰੁਕ ਗਿਆ ਸੀਗਾ, ਕਿਉਂਕਿ ਆਪਾਂ ਨੂੰ ਮੀਂਹ ਪੈਣ ਲੱਗ ਗਿਆ ਸੀ, ਅਤੇ ਜਿੱਥੇ ਮੈਂ ਰੁਕਿਆ ਸੀ ਥੋੜ੍ਹਾ ਜਿਹਾ ਮੀਂਹ ਤੋਂ ਆਸਰਾ ਜਿਹਾ ਲੈਣ ਵਾਸਤੇ, ਅਤੇ ਉੱਥੇ ਸਾਹਮਣੇ ਇੱਕ ਹੋਟਲ ਸੀਗਾ, ਅਤੇ ਮੈਂ ਕਾਹਲੀ ਨਾਲ ਫਿਰ ਰੂਮ ਲਿਆ ਅਤੇ ਉੱਥੇ ਫਟਾਫਟ ਚਲਿਆ ਗਿਆ ਅਤੇ ਰਾਤ ਕੱਟੀ। ਅਤੇ ਰਾਤ ਕੱਟ ਕੇ ਇਹ ਤੋਂ ਆਪਾਂ 5 ਕਿਲੋਮੀਟਰ ਪਹਿਲਾਂ ਹੀ ਸੀਗੇ ਆਪਣੇ, ਕੀ ਕਹਿੰਦੇ ਹੁੰਦੇ ਨੇ ਇਹਨੂੰ, ਰਾਮਪੁਰ ਤੋਂ, ਠੀਕ ਹੈ। ਅਤੇ ਬਾਕੀ ਜਿਹੜੇ ਨਵੇਂ ਜੁੜੇ ਹੋਣਗੇ ਆਪਣੇ ਨਾਲ ਵੀਰ ਭੈਣ ਵੱਡੇ ਛੋਟੇ, ਅਤੇ ਉਹਨਾਂ ਨੂੰ ਮੈਂ ਦੱਸਦਾ ਵੀ ਇਹ ਆਪਾਂ ਸ਼ਿਮਲੇ ਤੋਂ ਲੈ ਕੇ ਟ੍ਰਿਪ ਸਟਾਰਟ ਕੀਤਾ ਹੈਗਾ, ਕਰਿਆ ਤਾਂ ਪੰਜਾਬ ਤੋਂ ਸੀਗਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਅਤੇ ਚਲੋ ਫਿਰ, ਖੈਰ ਸ਼ਿਮਲੇ ਤੱਕ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਰਸਤੇ ਦਾ, ਉਦੋਂ ਅੱਗੇ ਕੀ ਆ। ਅਤੇ ਆਪਾਂ ਉਹ ਚੀਜ਼ ਦਾ ਖਾਸ ਕਰਕੇ ਜਗ੍ਹਾ ਦੇਖੋ, ਜਗ੍ਹਾ ਦੇ ਬਲੌਗ ਤਾਂ ਤੁਹਾਨੂੰ ਆਮ ਮਿਲ ਜਾਣਗੇ ਦੇਖਣ ਨੂੰ, ਉਹਦੇ 'ਚ ਤਾਂ ਆਪਾਂ ਕੋਈ ਮੈਂ ਕੋਈ ਵੱਡੀ ਗੱਲ ਨਹੀਂ ਕਰ ਸਕਦਾ, ਕੋਈ ਡਿਫਰੈਂਟ ਨਹੀਂ ਕਰ ਸਕਦਾ। ਡਿਫਰੈਂਟ ਕੀ ਕਰ ਸਕਦੇ ਹਾਂ, ਅਤੇ ਆਪਾਂ ਸਾਰਿਆਂ ਨੂੰ ਰਸਤੇ ਦਿਖਾ ਸਕਦੇ ਹਾਂ ਵੀ ਰਸਤੇ ਆਪਣੇ ਕਿਹੋ ਜਿਹੇ ਨੇ, ਉਹ ਚੀਜ਼ ਤੁਸੀਂ ਆਪਣੀ ਵੀਡੀਓ 'ਚ ਦੇਖ ਸਕਦੇ ਹੋ, ਸਿੱਖ ਸਕਦੇ ਹੋ। ਅਤੇ ਉਹ ਚੀਜ਼ਾਂ ਆ ਇਹੋ ਜਿਹੇ ਚੀਜ਼ਾਂ ਦਾ ਤੁਸੀਂ ਸਾਰੇ ਦੇਖ ਸਕਦੇ ਹੋ ਆਮ ਹਰੇਕ ਵੀਡੀਓ 'ਤੇ, ਜਿਹੜੇ ਇਹੋ ਜਿਹੇ ਨਜ਼ਾਰੇ ਨੇ ਜਾਂ ਜਿਹੜੇ ਬਾਕੀਆਂ ਦੇ ਵੀਡੀਓ 'ਚ ਰਹਿ ਜਾਂਦੇ ਨੇ ਉਹ ਮੈਂ ਦਿਖਾਉਣ ਦੀ ਕੋਸ਼ਿਸ਼ ਕਰੀ ਆ। ਅਤੇ ਰਸਤਿਆਂ ਦੀ ਮੈਂ ਗੱਲ ਕਰਦਾ, ਰਾਮਪੁਰ ਪਹੁੰਚ ਗਏ ਜੀ ਆਪਾਂ, ਰਸਤੇ ਕਿਵੇਂ ਦੇ ਨੇ ਅਤੇ ਆਪਾਂ ਨੂੰ ਕਿਵੇਂ ਜਾਣਾ ਚਾਹੀਦਾ, ਜਾਂ ਤੁਸੀਂ ਕਿਵੇਂ ਕਿਸ ਤਰੀਕੇ ਨਾਲ ਪਲੈਨ ਬਣਾ ਸਕਦੇ ਹੋ ਆਪਦਾ। ਇੱਥੇ ਤੁਸੀਂ ਗੌਰ ਕਰਿਓ, ਆਲੇ ਦੁਆਲੇ ਨਾ ਆਪਣੇ ਕੋਲ ਤਾਂ ਸਪਲੈਂਡਰ ਆ, ਇਹ ਸਪਲੈਂਡਰ 'ਤੇ ਮੈਂ ਜਾਣ ਕੇ ਗਿਆ, ਆਹ ਦੇਖੋ ਸਕੂਟਰੀ ਖੜ੍ਹੀ ਆ। ਅਤੇ ਇਹਦੇ ਵਾਸਤੇ ਮੈਂ ਆਪਣੇ ਛੋਟੇ ਵੀਰ ਭੈਣਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਤੁਸੀਂ ਜਾ ਸਕਦੇ ਹੋ, ਕੋਈ ਐਡੀ ਕੋਈ ਖਾਸ ਗੱਲਬਾਤ ਨਹੀਂ ਹੈਗੀ, ਅਤੇ ਦਿਨੇ ਦਿਨੇ ਤੁਸੀਂ ਰਾਈਡ ਕਰ ਸਕਦੇ ਹੋ, ਦਿਨੇ ਦਿਨੇ ਡਰਾਈਵ ਕਰ ਸਕਦੇ ਹੋ, ਅਤੇ ਕਿੱਥੇ ਤੱਕ ਤੁਸੀਂ ਕਿਸ ਤਰੀਕੇ ਨਾਲ ਜਾ ਸਕਦੇ ਹੋ ਤੁਹਾਡੇ ਵਾਸਤੇ। ਮੈਨੂੰ ਪਤਾ ਵੀ ਇਹ ਵੀਡੀਓ ਪਹਿਲਾਂ ਤਾਂ ਚੱਲਣੀਆਂ ਨਹੀਂ ਹੈਗੀਆਂ, ਪਰ ਜਦੋਂ ਚੱਲਣਗੀਆਂ ਤਾਂ ਤੁਹਾਡੇ ਇਹ ਕੰਮ ਦੀਆਂ ਹੋਣਗੀਆਂ ਸਾਰਿਆਂ ਦੇ, ਵੀ ਇਹ ਰਸਤੇ ਕਿਹੋ ਜਿਹੇ ਨੇ, ਵੀ ਪਹਾੜਾਂ 'ਚ ਕਿਵੇਂ ਆਪਾਂ ਜਾ ਸਕਦੇ ਹਾਂ ਘੁੰਮਣ, ਠੀਕ ਹੈ ਜੀ। ਅਤੇ ਅਸਲੀ ਵੀਡੀਓ ਜਿਹੜੇ ਹੁਣ ਪਿਛਲੇ ਨੇ, ਜਿਨ੍ਹਾਂ ਨੇ ਹੁਣ ਪਿਛਲੀਆਂ ਵੀਡੀਓ ਦੇਖੀਆਂ ਹੋਈਆਂ ਨੇ, ਉਹਨਾਂ ਨੂੰ ਮੈਂ ਦੱਸਦਾ ਵੀ ਲਓ ਜੀ ਹੁਣ ਤੁਹਾਡੇ ਸਾਹਮਣੇ ਪੇਸ਼ ਆ ਨਵੀਂ ਫਿਲਮ, ਠੀਕ ਹੈ। ਹੁਣ ਇੱਥੋਂ ਤੋਂ ਜੀ ਆਨੰਦਮਈ ਗੱਲਬਾਤ ਸਟਾਰਟ ਆ, ਅਤੇ ਤੁਸੀਂ ਆਪ ਖੁਦ ਦੇਖ ਸਕਦੇ ਹੋ, ਸੌਰੀ ਖੰਘ ਵਾਸਤੇ। ਅਤੇ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਜਾਂ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਵੀ ਜਿਵੇਂ ਜਿਵੇਂ ਮੈਂ ਜਾਂਦਾ, ਅਤੇ ਤੁਸੀਂ ਜਦੋਂ ਵੀਡੀਓ ਫੁੱਲ ਸਕਰੀਨ ਕਰਕੇ ਦੇਖੋਗੇ, ਜਾਂ ਕਈ ਆਪਣੇ ਟੀ ਵੀ 'ਤੇ ਲਾ ਲੈਂਦੇ ਰਹੇ ਹੈ ਨਾ, ਜਿਹੜੇ ਸਮਾਰਟ ਟੀ ਵੀ ਹੁੰਦੇ ਨੇ ਉਹਨਾਂ 'ਤੇ ਵੀਡੀਓ ਚੱਲਦੀ ਹੈ, ਪਲੇ ਹੁੰਦੀ ਹੈ, ਤਾਂ ਤੁਹਾਨੂੰ ਐਂ ਲੱਗੂ ਬੈਠਿਆਂ ਨੂੰ ਵੀ ਤੁਸੀਂ ਖੁਦ ਘੁੰਮ ਰਹੇ ਹੋ, ਮੈਂ ਨਹੀਂ ਘੁੰਮ ਰਿਹਾ। ਮੇਰਾ ਇੱਕ ਖਾਸ ਵਜ੍ਹਾ, ਦੇਖੋ ਕਿੰਨਾ ਆਨੰਦ ਆ ਰਿਹਾ ਇੱਥੇ ਦੇਖ ਕੇ, ਵੀ ਮਤਲਬ ਮੈਂ ਬੋਲਿਆ ਨਹੀਂ ਸੀ ਵੀਡੀਓ 'ਚ, ਮੈਂ ਵੈਸੇ ਹੀ ਵੀਡੀਓ ਬਣਾਈਆਂ ਸੀਗੀਆਂ, ਮੈਨੂੰ ਦਿਮਾਗ 'ਚ ਪਤਾ ਸੀ ਵੀ ਇਹ ਮੈਂ ਬਾਅਦ 'ਚੋਂ ਵੋਇਸ ਓਵਰ ਜ਼ਰੂਰ ਇਹ 'ਤੇ ਕਰ ਸਕਦਾ, ਅਤੇ ਜੋ ਗੱਲਾਂ ਬਾਤਾਂ ਹੋਣਗੀਆਂ ਕਾਹਲੀ ਕਾਹਲੀ 'ਚ ਤਾਂ ਇੱਥੇ ਤਾਂ ਬੋਲਿਆ ਵੀ ਨਹੀਂ ਜਾਣਾ ਸੀਗਾ। ਜਦੋਂ ਆਪਾਂ ਰਾਈਡ ਕਰਦੇ ਹੁੰਦੇ ਹਾਂ, ਜਾਂ ਤਾਂ ਰਾਈਡ ਕਰਾਂਗੇ ਜਾਂ ਵੀਡੀਓ ਬਣਾਵਾਂਗੇ ਜਾਂ ਆਪਣੇ ਨਾਲ ਨਾਲ ਬੋਲਾਂਗੇ, ਪਰ ਮੈਂ ਆਪ ਵੀ ਨਜ਼ਾਰਾ ਲੈਣਾ ਚਾਹੁੰਦਾ ਸੀ, ਵੋਇਸ ਓਵਰ ਮੈਂ ਬਾਅਦ 'ਚੋਂ ਕਰ ਸਕਦਾ ਸੀ, ਤਾਂ ਇਸ ਲਈ ਮੈਂ ਆਨੰਦ ਲੈਣ ਦਾ ਸੋਚਿਆ ਹੈ ਨਾ। ਅਤੇ ਹੁਣ ਤੁਹਾਨੂੰ ਐਂ ਲੱਗਦਾ ਹੋਊ ਬੈਠਿਆਂ ਨੂੰ ਜਦੋਂ ਫੁੱਲ ਸਕਰੀਨ ਕਰਕੇ ਜਾਂ ਟੀ ਵੀ 'ਤੇ ਤੁਸੀਂ ਲਾਇਆ ਹੋਣਾ ਵੱਡੇ 'ਤੇ, ਵੀ ਤੁਸੀਂ ਇੱਥੇ ਆਪ ਘੁੰਮ ਰਹੇ ਹੋ। ਮੈਨੂੰ ਇਹ ਦਿਖਾਉਂਦੇ ਨੂੰ ਜਾਂ ਇਸ ਟਾਈਮ ਵੀਡੀਓ ਬਣਾ ਕੇ ਮੈਂ ਪਾ ਰਿਹਾ ਹੈਗਾ,
ਅਤੇ ਮੈਨੂੰ ਬੜਾ ਸਵਾਦ ਆ ਰਿਹਾ ਇਹ ਚੀਜ਼ ਦਾ ਖੁਦ। ਅੱਛਾ, ਇਹਦੇ ਵਿੱਚ ਮੈਂ ਸਾਹਮਣੇ ਕਿਉਂ ਨਹੀਂ ਆਇਆ, ਵੀਡੀਓ ਦੇ ਆਉਣ ਨੂੰ ਆ ਸਕਦਾ ਸੀ, ਪਰ ਉਹਦੇ ਵਿੱਚ ਫਿਰ ਤੁਹਾਡਾ ਸਵਾਦ ਖਰਾਬ ਹੋ ਜਾਣਾ ਸੀ। ਕਿੱਥੇ ਤਾਂ ਮੈਂ ਆਪਦਾ ਬੂਥਾ ਲੈ ਆਉਣਾ ਸੀ, ਹੈ ਨਾ, ਅਤੇ ਹੁਣ ਕਿੱਥੇ ਤੁਹਾਨੂੰ ਆਨੰਦ ਆਉਂਦਾ ਹੋਊਗਾ ਵੀ ਹਾਂ ਵੀ ਅਸੀਂ ਇਹ ਦੇਖ ਰਹੇ ਹਾਂ, ਵੀ ਜਾਂ ਤੁਸੀਂ ਖੁਦ ਜਾ ਰਹੇ ਹੋ ਉੱਥੇ ਪਹਾੜਾਂ 'ਚ। ਅਤੇ ਮੈਂ ਇਹੀ ਫੀਲ ਕਰਵਾਉਣ ਵਾਸਤੇ ਮੇਰਾ ਮਤਲਬ ਮੇਰਾ ਮੇਨ ਮਕਸਦ ਸੀਗਾ ਵੀ ਇੱਦਾਂ ਦਾ ਕੁਛ ਕ੍ਰੀਏਟ ਕਰਿਆ ਜਾਵੇ ਵੀ ਜਿਹਦੇ ਨਾਲ ਵੀਡੀਓ ਦੇਖਣ ਦੇ ਨਾਲ ਨਾਲ ਤੁਸੀਂ ਫੀਲ ਕਰ ਸਕੋ ਵੀ ਤੁਸੀਂ ਖੁਦ ਇਹ ਚੀਜ਼ ਦਾ, ਇਹ ਪਾਰਟ ਦਾ, ਇਹ ਵੀਡੀਓ ਦਾ ਹਿੱਸਾ ਵੀ ਤੁਸੀਂ ਖੁਦ ਜਾ ਰਹੇ ਹੋ। ਅਤੇ ਅਗਰ ਮੈਂ ਗਲਤ ਹਾਂ ਇਹ ਚੀਜ਼ 'ਚ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ, ਜਾਂ ਅਗਰ ਤੁਹਾਨੂੰ ਲੱਗਿਆ ਵੀ ਮੈਂ ਸਹੀ ਹਾਂ ਇਹ ਚੀਜ਼ 'ਚ ਤਾਂ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਹੱਲਾਸ਼ੇਰੀ ਦਿਓ ਕਮੈਂਟ ਨਾਲ, ਹੋਣਾ ਕੀ ਹੈ, ਹੱਲਾਸ਼ੇਰੀ ਹੋਣੀ ਆ, ਅਤੇ ਗਾਹਾਂ ਨੂੰ ਇਦੂ ਜ਼ਿਆਦਾ ਵਧੀਆ ਕੰਮ ਕਰਕੇ ਦਿਖਾਊਂਗਾ ਮੈਂ ਤੁਹਾਨੂੰ, ਤੁਹਾਡੇ ਵਾਸਤੇ, ਆਪਣੇ ਵਾਸਤੇ, ਮੈਂ ਆਪਦੇ ਵਾਸਤੇ ਵੀ। ਅਤੇ ਜਿੰਨੇ ਵਧੀਆ ਵਿਊ ਆਉਣਗੇ ਓਨਾ ਜ਼ਿਆਦਾ ਆਨੰਦ ਆਊਗਾ। ਉਹ ਵਿਊ ਆਉਣ ਦਾ ਮਤਲਬ ਇਹ ਆ, ਇਕੱਲਾ ਪੈਸਾ ਹੀ ਨਹੀਂ ਹੁੰਦਾ ਸਾਰਾ ਕੁਛ, ਵਿਊ ਤਾਂ ਵੈਸੇ ਪੈਸਾ ਅਲੱਗ ਚੀਜ਼ ਆ, ਅਤੇ ਕਈ ਆਪਾਂ ਸ਼ੌਂਕ ਨੂੰ ਕੰਮ ਕਰਦੇ ਹੁੰਦੇ ਹਾਂ, ਇਕੱਲੇ ਵਿਊ ਆਪਾਂ ਦੇਖ ਲੈਂਦੇ ਹਾਂ ਤਕਰੀਬਨ ਵੀ ਹਾਂ ਜੀ ਵਿਊ ਲੈਂਦਾ ਇਹ, ਵਿਊ ਲੈਂਦਾ, ਕਈ ਵਾਰ ਸ਼ੌਂਕ ਹੀ ਮਤਲਬ ਵਿਊ ਦਾ ਹੁੰਦਾ ਹੈਗਾ, ਵਿਊ ਦਾ ਸ਼ੌਂਕ ਹੁੰਦਾ ਵੀ ਹਾਂ ਮੈਂ ਕੋਈ ਚੀਜ਼ ਬਣਾਈ ਆ ਅਤੇ ਲੋਕਾਂ ਨੇ ਉਹਨੂੰ ਦੇਖਿਆ ਅਤੇ ਸਾਰੇ ਕਮੈਂਟ ਪੋਜ਼ਿਟਿਵ ਨੇ, ਨੈਗੇਟਿਵ ਕਮੈਂਟ ਹੈ ਨਹੀਂ ਜਾਂ ਥੋੜ੍ਹੇ ਬਹੁਤੇ ਹੁੰਦੇ ਨੇ, ਕੁਛ ਨਾ ਕੁਛ ਕਮੀਆਂ ਕੱਢਦੇ ਰਹਿਣ ਤਾਂ ਉਹ ਜ਼ਰੂਰੀ ਆ, ਨੈਗੇਟਿਵ ਕਮੈਂਟਸ ਵੀ ਜ਼ਰੂਰੀ ਨੇ। ਅਤੇ ਦੇਖੋ ਤੁਸੀਂ, ਅਗਰ ਤੁਸੀਂ ਚਾਹੁੰਦੇ ਹੋ ਵੀ ਮੈਂ ਵਿੱਚ ਨਾ ਬੋਲਾਂ ਵੀ ਤੁਸੀਂ ਸਿਰਫ ਦੇਖਣਾ ਹੀ ਆ, ਤਾਂ ਮੈਨੂੰ ਉਹ ਵੀ ਕਮੈਂਟ ਕਰ ਦਿਓ ਅਤੇ ਅਗਲੀਆਂ ਵੀਡੀਓ ਆਪਾਂ ਚੁੱਪ ਚਾਪ ਪਾ ਦਾਂਗੇ ਸਾਈਲੈਂਟ ਕਰਕੇ, ਠੀਕ ਹੈ ਜੀ। ਵੈਸੇ ਆਪਣੇ ਛੋਟਾ ਵੱਡਾ ਵੀਰ ਸਮਝਦੇ ਹੋ ਤਾਂ ਹੱਲਾਸ਼ੇਰੀ ਜ਼ਰੂਰ ਦਿਓ, ਉਹਦੇ ਵਾਸਤੇ ਕੀ ਹੁੰਦਾ, ਅਤੇ ਜੇ ਕੋਈ ਚੀਜ਼ ਆਪਾਂ ਬਣਾਉਂਦੇ ਹਾਂ ਅਤੇ ਆਪਾਂ ਨੂੰ ਇਹ ਹੁੰਦਾ ਵੀ ਯਾਰ ਲੋਕ ਸਾਨੂੰ ਸਲਾਹੁਣ, ਜਾਂ ਮੇਰੀ ਕੋਈ ਚੀਜ਼ ਲਈ ਆ ਜਾਂ ਮੈਂ ਕੋਈ ਚੀਜ਼ ਬਣਾਈ ਆ ਤਾਂ ਲੋਕ ਉਹਦੀ ਤਾਰੀਫ ਕਰਨ, ਤਾਰੀਫ ਕਿਹਨੂੰ ਨਹੀਂ ਪਸੰਦ ਹੁੰਦੀ, ਮੈਨੂੰ ਤਾਂ ਹੈਗੀ ਆ। ਆਪਾਂ ਝੂਠ ਬੋਲ ਕੇ ਨਹੀਂ ਉਹ ਗੱਲ ਕਰਨਾ, ਦੇਖੋ ਜੀ ਇੱਥੇ ਐਂ ਪਹੁੰਚ ਗਏ, ਫਲਾਨਾ ਹੋ ਗਿਆ, ਇੱਥੇ ਆ ਹਊਆ ਨਹੀਂ ਆਪਾਂ ਕ੍ਰੀਏਟ ਕਰਦੇ, ਅਤੇ ਨੋਰਮਲ ਗੱਲਾਂ ਬਾਤਾਂ ਨੇ ਆਪਣੀਆਂ ਸਾਰੀਆਂ, ਜਿਹੋ ਜਿਹੇ ਆਪਾਂ ਹੈਗੇ ਆਮ ਜ਼ਿੰਦਗੀ 'ਚ ਉਵੇਂ ਦੇ ਆਪਾਂ ਇੱਥੇ, ਠੀਕ ਹੈ। ਅਤੇ ਵਿਊ ਚਾਹੀਦੇ ਨੇ, ਹਾਂਜੀ ਜ਼ਰੂਰ ਚਾਹੀਦੇ ਨੇ, ਕਿਉਂ ਨਹੀਂ ਚਾਹੀਦੇ ਵਿਊ, ਅਤੇ ਇਹ 'ਚ ਕੋਈ ਉਹ ਨਹੀਂ ਹੈ, ਪਰ ਹਾਂ ਵਿਊ ਕਿਹੜੀ ਚੀਜ਼ 'ਤੇ ਚਾਹੀਦੇ ਨੇ, ਝੂਠ ਬੋਲ ਕੇ ਨਹੀਂ ਚਾਹੀਦੇ, ਕਿਸੇ ਨੂੰ ਆਪਾਂ ਡੀਫੇਮ ਕਰਕੇ ਵਿਊ ਨਹੀਂ ਲੈਂਦੇ ਹੈਗੇ, ਕੁਛ ਦੇ ਕੇ ਕੋਈ ਚੰਗੀ ਚੀਜ਼ ਬਣਾ ਕੇ, ਕੋਈ ਨੌਲੇਜ ਵਾਲੀ ਹੋ ਗਈ ਜਾਂ ਕਿਵੇਂ ਵੀ ਆ, ਫਿਰ ਆਪਾਂ ਵਿਊ ਲੈਂਦੇ ਹਾਂ। ਆਹ ਤੁਸੀਂ ਇੱਥੇ ਪਾਊਜ਼ ਕਰਕੇ ਪੜ੍ਹ ਸਕਦੇ ਹੋ ਵੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ, ਵੈਸੇ ਜਾ ਆਪਾਂ ਰਹੇ ਹਾਂ ਰੀਕੋਂਗ ਪੀਓ, ਉਹ ਵਾਲੀ ਸਾਈਡ ਜਾ ਰਹੇ ਹਾਂ ਆਪਾਂ, ਬਾਕੀ ਇੱਕ ਦੋ ਇੱਧਰ ਉੱਧਰ ਵੀ ਮੁੜਦੀਆਂ ਨੇ ਰਸਤੇ, ਅਤੇ ਮੈਂ ਤੁਹਾਨੂੰ ਮੋਟਾ ਮੋਟਾ ਹਿੰਟ ਦੇ ਰਿਹਾ ਗਾ, ਅਤੇ ਮਤਲਬ ਵੀਡੀਓ ਬਣਾ ਕੇ ਪ੍ਰੋਪਰ ਦੱਸ ਰਿਹਾ ਵੀ ਤੁਸੀਂ ਕਿਵੇਂ ਪਲੈਨ ਕਰ ਸਕਦੇ ਹੋ, ਕਿਵੇਂ ਜਾ ਸਕਦੇ ਹੋ, ਤੁਸੀਂ ਕਿੰਨੇ ਜਾਣੇ ਜਾ ਸਕਦੇ ਹੋ, ਕਿਸ ਚੀਜ਼ 'ਤੇ ਜਾ ਸਕਦੇ ਹੋ, ਕਿਹੜੀ ਤੁਹਾਡੇ ਵਾਸਤੇ ਜ਼ਰੂਰੀ ਰਹੂਗੀ। ਕਈ ਵਾਰ ਨਾ ਗੱਲ ਇਹ ਹੁੰਦੀ ਆ, ਆਪਾਂ ਸੋਚਦੇ ਹਾਂ, ਮੈਂ ਪਿੱਛੇ ਸਕੂਟਰੀ 'ਚ ਵੀ ਕਿਉਂ ਜ਼ਿਕਰ ਕਰਿਆ ਸੀਗਾ, ਆਪਾਂ ਕਈ ਵਾਰ ਸੋਚਦੇ ਹਾਂ ਵੀ ਆਹ, ਇੱਕ ਹੋਰ ਗੱਲ ਦੇਖਿਓ, ਆਹ ਗੱਡੀਆਂ ਦੇਖਦੀਆਂ ਨੇ, ਇਹ ਇਹਨਾਂ ਦੀਆਂ ਆਪਦੀਆਂ ਨੇ, ਆਹ ਮਰੂਤੀ ਖੜ੍ਹੀ ਆ, ਛੋਟੀਆਂ ਗੱਡੀਆਂ ਖੜ੍ਹੀਆਂ ਨੇ, ਆਹ ਵੀ ਮਰੂਤੀ ਖੜ੍ਹੀ ਆ, ਸਭ ਤੋਂ ਵੱਧ ਕਾਮਯਾਬ ਇਹ ਗੱਡੀ ਆ, ਇਹ ਲੋਕਾਂ ਦੀਆਂ ਗੱਡੀਆਂ ਨੇ ਜਿਹੜੇ ਇੱਥੇ ਰਹਿੰਦੇ ਨੇ, ਵਸਨੀਕ ਨੇ ਜਿਹੜੇ ਇੱਥੇ ਦੇ, ਇਹ ਲੈਣ ਨੂੰ ਇਹ ਵੀ ਵੱਡੀ ਗੱਡੀ ਪਹੁੰਚਾਉਂਦੇ ਹੋਣਗੇ, ਪਰ ਇਹ ਛੋਟੀਆਂ ਗੱਡੀਆਂ ਕਿਉਂ ਲੈਂਦੇ ਨੇ ਸੋਚਿਆ ਕਦੇ?
ਪਹਾੜਾਂ ਦੇ ਵਿੱਚ ਇਹ ਮਰੂਤੀ ਵਾਲੀਆਂ ਸਜੂਕੀ ਵਾਲੀਆਂ ਗੱਡੀਆਂ ਜਾਂ ਹੁੰਦਾਈ ਵਾਲੀਆਂ ਛੋਟੀਆਂ ਗੱਡੀਆਂ ਜ਼ਿਆਦਾ ਕਾਮਯਾਬ ਨੇ। ਪੈਟਰੋਲ ਇਹ ਬਹੁਤ ਵੱਡੀ ਗੱਲ ਆ ਵੀ ਆਪਾਂ, ਮੈਂ ਉਹੀ ਦੱਸ ਰਿਹਾ ਸੀ, ਕੁਦਰਤੀ ਚਲੋ ਕਾਰਾਂ ਆ ਗਈ ਸਾਹਮਣੇ ਵੀ ਆਪਾਂ ਕਈ ਵਾਰ ਰਸਤੇ ਦਿਖਾਉਣ ਦਾ ਮਤਲਬ ਇਹ ਆ, ਕਈ ਵਾਰ ਆਪਾਂ ਸੋਚਦੇ ਹਾਂ ਵੀ ਯਾਰ ਪਹਾੜਾਂ 'ਤੇ ਜਾਵਾਂਗੇ, ਚੱਲ ਸ਼ਿਮਲੇ ਤੱਕ ਜਾ ਆਉਂਦੇ ਹਾਂ, ਕੋਈ ਗੱਲ ਨਹੀਂ ਮੁੜੇ ਆਉਂਦੇ ਹਾਂ, ਹੈ ਨਾ, ਵੀ ਇੱਥੇ ਤੱਕ ਆਪਣੇ ਕੋਲ ਐਡੀ ਕੁ ਗੱਡੀ ਇੱਥੇ ਤੱਕ ਜਾ ਸਕਦੀ ਆ, ਪਰ ਨਹੀਂ। ਇਹ ਮੇਰਾ ਗੱਲ ਅਸਲ ਕਹਿਣ ਦਾ ਮਤਲਬ, ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਪਾ ਰਿਹਾ ਜਾਂ ਨਹੀਂ ਪਾ ਰਿਹਾ, ਮੈਂ ਕੋਈ ਪ੍ਰੋਫੈਸਰ ਨਹੀਂ ਹੈਗਾ, ਨਾ ਮੈਂ ਕੋਈ ਫਿਲੋਸਫਰ ਹਾਂ, ਮੈਂ ਤਾਂ ਆਪਣੇ ਸਮਝ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ ਤੁਹਾਨੂੰ ਗੱਲਾਂ ਦੱਸ ਰਿਹਾ ਗਾ। ਛੋਟੀਆਂ ਗੱਡੀਆਂ ਵਾਲੇ ਆਪਾਂ ਘਰ ਆਏ ਸੋਚਦੇ ਹਾਂ ਵੀ ਯਾਰ ਪਹਾੜਾਂ 'ਚ ਇਹ ਕਾਮਯਾਬ ਨਹੀਂ ਰਹਿਣੀਆਂ ਗੱਡੀਆਂ, ਇਸ ਕਰਕੇ ਆਪਾਂ ਜਾਂਦੇ ਨਹੀਂ। ਠੀਕ, ਇਹੀ ਹੁੰਦਾ ਆਪਣੇ ਜ਼ਿਆਦਾਤਰ ਵੀ, ਨਹੀਂ ਵੱਡੀ ਗੱਡੀ ਲਵਾਂਗੇ ਫਿਰ ਕਦੇ ਜਾਵਾਂਗੇ, ਜਾਂ ਵੱਡੀ ਗੱਡੀ ਆਪਾਂ ਰੈਂਟ 'ਤੇ ਨਹੀਂ ਕਰਾਉਂਦੇ ਕਿਉਂਕਿ ਉਹ 10-20,000 ਰੁਪਇਆ ਕਿਰਾਇਆ ਲੈਂਦੇ ਨੇ, ਇੱਦੂ ਵੀ ਵੱਧ ਲੈਂਦੇ ਨੇ। ਇੱਥੋਂ ਤਾਂ ਦਸ ਕੁ ਤਾਂ ਕੋਈ ਖਾਸ ਗੱਲ ਨਹੀਂ ਹੈਗੀ, 20-25,000 ਤੋਂ ਸਟਾਰਟ ਹੁੰਦਾ ਕਿਰਾਇਆ ਇਹਨਾਂ ਦਾ, ਜੇ ਦੋ ਚਾਰ ਦਿਨਾਂ ਦੀ ਜਾਣਾ ਮੇਰੇ ਖਿਆਲ 'ਚ। ਅਤੇ ਉਹ ਰੈਂਟ ਤੋਂ ਆਪਾਂ ਡਰ ਜਾਂਦੇ ਹਾਂ ਵੀ ਨਹੀਂ ਯਾਰ ਵੀ 30-35,000 ਰੁਪਇਆ ਲੱਗ ਜਾਣਾ, ਇੰਨਾ ਕਿਰਾਇਆ ਲੈਣਗੇ, ਵੀ ਉਹਦੇ ਨਾਲ ਰਹਿਣ ਦਿਓ। ਪਰ ਤੁਸੀਂ ਛੋਟੀ ਗੱਡੀ 'ਚ ਜਾ ਸਕਦੇ ਹੋ, ਪਰ ਤੁਸੀਂ ਡਰਾਈਵਰ ਵਧੀਆ ਹੋਣੇ ਚਾਹੀਦੇ ਹੋ। ਕੋਈ ਨਸ਼ਾ ਨਹੀਂ ਕਰਨਾ, ਮੈਂ ਹਰੇਕ ਵੀਡੀਓ 'ਚ ਕਹਿੰਦਾ, ਦਿਨੇ ਨਹੀਂ ਆਪਦਾ ਕੋਈ ਖਾਣ ਪੀਣ, ਜੇ ਤੁਸੀਂ ਕਰਨਾ ਵੀ ਹੈ ਨਾ ਕਿਸੇ ਚੀਜ਼ ਦਾ ਸ਼ੌਂਕ ਰੱਖਦੇ ਹੋ, ਬੀਅਰ ਵਗੈਰਾ ਜੋ ਵੀ ਤੁਸੀਂ ਰੱਖਦੇ ਹੋ, ਅਤੇ ਉਹ ਜਿੱਥੇ ਤੁਸੀਂ ਰਹਿਣਾ ਗਾ, ਜਿਹੜੇ ਹੋਟਲ 'ਚ ਰਹਿਣਾ, ਰਾਤ ਨੂੰ ਤੁਸੀਂ ਪੀ ਕੇ ਉੱਥੇ ਸੌਂ ਸਕਦੇ ਹੋ। ਹੁਣ ਗਲਤ ਮਤਲਬ, ਹੁਣ ਕਈ ਕਹਿਣਗੇ ਗਲਤ ਮਤਲਬ ਨਾ ਕੱਢਿਓ, ਐਂ ਨਾ ਕੱਢਿਓ, ਕਿਉਂ ਨਾ ਕੱਢੋ ਕਿ ਆਹ ਦੇਖ ਲਓ ਛੋਟੀਆਂ ਕਾਰਾਂ, ਠੀਕ ਆ, ਜਿਹੜੀਆਂ ਖੱਬੇ ਲੰਘੀਆਂ ਨੇ ਪਿੱਛੇ ਆਪਣੇ। ਯਾਰ ਕਈ ਵੀਰ ਮਤਲਬ ਸ਼ੌਕੀਨ ਰੱਖਦੇ ਨੇ, ਆਪਣੇ ਬਜ਼ੁਰਗ ਵੀ ਰੱਖਦੇ ਨੇ ਵੀ ਹਾਂ ਯਾਰ ਚੱਲ 2 ਪੈਗ ਲਾ ਕੇ ਰਾਤ ਨੂੰ ਸੌਂ ਜਾਂਦੇ, ਠੀਕ ਆ, ਮੈਂ ਉਹ ਨਹੀਂ ਗੱਲ ਕਹਿੰਦਾ ਵੀ ਜਿਹੜੇ ਬੋਤਲ ਪੀ ਲੈਂਦੇ ਨੇ, ਅਤੇ ਉਹ ਗੱਲ ਅਲੱਗ। ਲਓ ਜੀ, ਇੱਥੋਂ ਆਪਾਂ ਕਿਨੌਰ ਡਿਸਟ੍ਰਿਕਟ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਜੀ। ਹੁਣ ਇੱਦੂ ਬਾਅਦ ਮਜ਼ੇ ਹੀ ਮਜ਼ੇ, ਆਨੰਦ ਹੀ ਆਨੰਦ ਹੈ, ਜਿਵੇਂ ਇੱਕ ਵੀਡੀਓ ਜਿਹ 'ਚ ਦੇਖਿਆ, ਉਹ ਕਹਿ ਦਿੰਦੇ ਨੇ ਮਜ਼ੇ ਹੀ ਮਜ਼ੇ, ਇੱਦੂ ਬਾਅਦ ਆਨੰਦ ਹੀ ਆਨੰਦ ਆ ਹੋਰ। ਹੁਣ ਪਿਛਲੀਆਂ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਨੇ, ਉਹ 'ਚ ਤੁਹਾਨੂੰ ਥੋੜ੍ਹਾ ਜਿਹਾ ਬੋਰਿੰਗ ਲੱਗਿਆ ਹੋਣਾ ਕੰਮ, ਉਦੋਂ ਬਾਅਦ 'ਚ ਦੂਜੀ ਵੀਡੀਓ ਆਈ ਉਹ ਦੇਖੀ ਹੋਣੀ ਆ ਤੁਸੀਂ, ਇੱਕ ਆਹ ਵੀਡੀਓ ਆਈ ਆ ਇਹ 'ਚ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਲੱਗਿਆ। ਇੱਦੂ ਜਿਉਂ ਜਿਉਂ ਆਪਾਂ ਅੱਗੇ ਜਾਈ ਜਾਵਾਂਗੇ ਤਾਂ ਉਸ ਤਰੀਕੇ ਨਾਲ ਤੁਹਾਨੂੰ ਵਿਊ ਵਗੈਰਾ ਮਤਲਬ ਮਾਹੌਲ ਸਾਰਾ ਕੁਛ ਦਿਖਦਾ ਰਹੂਗਾ ਅਤੇ ਵਧੀਆ ਲੱਗੀ ਜਾਣਾ, ਅਤੇ ਕਿਉਂਕਿ ਕਿਸੇ ਵਧੀਆ ਜਗ੍ਹਾ 'ਤੇ ਜਾਂ ਕਿਸੇ ਵਧੀਆ ਚੀਜ਼ ਨੂੰ ਪਾਉਣ ਵਾਸਤੇ ਪਹਿਲਾਂ ਉਹ ਰਸਤਿਆਂ ਵਿੱਚ ਦੀ ਲੰਘਣਾ ਪੈਂਦਾ, ਠੀਕ ਜੀ। ਅਤੇ ਮੈਨੂੰ ਵਾਰ ਵਾਰ ਸੋਚ ਕੇ ਨਾ ਇਹ ਹੈਰਾਨੀ ਬਹੁਤ ਹੁੰਦੀ ਆ ਵੀ ਕਿਸੇ ਟਾਈਮ ਇਹ ਵੀ ਯਾਰ ਪੰਜਾਬ ਦਾ ਹਿੱਸਾ ਸੀ, ਇਹ ਪੰਜਾਬ ਸੀ ਯਾਰ ਕਿਸੇ ਟਾਈਮ। ਮੈਂ ਸਾਰੇ ਰਸਤੇ ਨਾ ਜਾਂਦਾ ਇਹੀ ਸੋਚੀ ਗਿਆ ਵੀ ਯਾਰ ਪੰਜਾਬ ਸੀ ਇਹ ਕਦੇ, ਅਤੇ ਇਹ ਵੀ ਇੱਕ ਅਲੱਗ ਫੀਲ ਆ, ਅਲੱਗ ਮਤਲਬ ਪਿਆਰ ਆ, ਹੈ ਨਾ, ਇਹ ਚੀਜ਼ ਦਾ। ਮੈਨੂੰ ਨਹੀਂ ਪਤਾ ਮੈਂ ਕੀ ਕਹਿ ਰਿਹਾ ਇਹ ਗੱਲ, ਵੀ ਤੁਹਾਨੂੰ ਸਮਝ ਲੱਗਦੀ ਹੋਊ ਮੇਰੀ ਫੀਲਿੰਗ ਦੀ, ਮੈਂ ਫੀਲਿੰਗ ਦੱਸ ਰਿਹਾ। ਅਤੇ ਮੈਂ ਜ਼ਿਆਦਾਤਰ ਇਹੀ ਸੋਚੀ ਗਿਆ, ਇਹ ਚੀਜ਼ ਨੂੰ ਰਿਲੇਟ ਕਰੀ ਗਿਆ, ਯਾਰ ਕਿਸੇ ਟਾਈਮ ਇਹ ਪੰਜਾਬ ਹੁੰਦਾ ਸੀ, ਬਸ ਇਹੀ ਗੱਲ ਮੇਰੇ ਦਿਮਾਗ 'ਚ ਰਹੀ ਆ ਸਾਰਾ ਟ੍ਰਿਪ ਮੈਂ ਇੱਦਾਂ ਹੀ ਕੱਢਿਆ। ਲਓ ਜੀ, ਹੁਣ ਤੁਸੀਂ ਆਨੰਦ ਲੈ ਸਕਦੇ ਹੋ ਇਹ ਚੀਜ਼ ਦਾ। ਅਤੇ ਹੁਣ ਮੈਂ ਬਾਕੀ ਵੀਡੀਓ ਰੋਜ਼ ਪਾਇਆ ਕਰਾਂਗੇ ਜੀ, ਇੱਕ ਇੱਕ ਵੀਡੀਓ, ਸ਼ਾਇਦ ਇੱਕ ਦਿਨ ਮਿਸ ਹੋਊਗੀ, ਉੱਦਣ ਦੂਜੀ ਵੀਡੀਓ ਪਾਉਣੀ ਆ ਆਪਾਂ, ਉਹ ਜ਼ਰੂਰੀ ਆ, ਉਹ ਜਾਂ ਕੱਲ੍ਹ ਨੂੰ ਜਾਂ ਪਰਸੋਂ ਨੂੰ ਪੈ ਜੂਗੀ, ਪਰ ਮੈਂ ਨਾਲ ਦੇਖੂੰਗਾ, ਇਹ ਵੀ ਨਾਲ ਪਾ ਦੂੰਗਾ ਮੈਂ।
ਉਹ ਲੈਦਾ ਪਾ ਦਾਂਗੇ ਇੱਕ ਨਾਲ, ਕਿਉਂਕਿ ਆਪਾਂ ਸੋਸ਼ਲ ਵਰਕ ਜਾਂ ਸਮਾਜ ਲਈ ਮੈਂ ਕੀ ਕਰ ਸਕਦਾ ਹੈ ਨਾ, ਇਕੱਲਾ ਇਹੀ ਨਹੀਂ ਵੀ ਮੈਂ ਇਕੱਲਾ ਘੁੰਮਣ ਜਾਂਦਾ ਜਾਂ ਮੈਂ ਇਹ ਆ, ਮੈਂ ਕੁਛ ਹੋਰ ਵੀ ਛੋਟੇ ਮੋਟੇ ਮੇਰੇ ਫਰਜ਼ ਸਮਝਦਾ ਮੈਂ ਹੈ ਨਾ, ਨਿਰਸਵਾਰਥ ਜਿਨ੍ਹਾਂ ਨੂੰ ਆਪਾਂ ਕਰਦੇ ਹਾਂ ਅਤੇ ਇੱਕ ਦੋ ਵਾਰ ਕਰੇ ਵੀ ਨੇ ਆਪਾਂ, ਅਤੇ ਕਿਸੇ ਦੀ ਮਦਦ ਲਾ ਲਓ ਚਾਹੇ ਜਾਂ ਜੋ ਕੁਛ ਮਰਜ਼ੀ ਆ, ਅਤੇ ਲਓ ਜੀ ਮੇਰਾ ਜੀ ਤਾਂ ਇਹ ਕਰਦਾ ਗਾ ਵੀ ਮੈਂ ਚੁੱਪ ਰਹਾਂ ਵੀ ਤੁਸੀਂ ਬਸ ਦੇਖੋ। ਸੱਚੀ ਮੈਂ ਤੁਹਾਨੂੰ ਇਹ ਕਹਿ ਰਿਹਾ, ਮੇਰਾ ਬੋਲਣ ਨੂੰ ਜੀ ਨਹੀਂ ਕਰਦਾ ਹੁਣ ਵੀ। ਮੈਂ ਵਧੀਆ ਮੋਨੀਟਰ ਲਾਇਆ ਵੱਡਾ ਸਾਰਾ 43 ਇੰਚ, ਅਤੇ ਪਰ ਹੁਣ ਵੀ ਮੈਨੂੰ ਇਹ ਲੱਗ ਰਿਹਾ ਵੀ ਮੈਂ ਚੁੱਪ ਰਹਾਂ ਵੀ ਬਸ ਤੁਸੀਂ ਵੀ ਦੇਖੋ ਇਹ, ਵੀ ਮੈਂ ਵੀ ਆਨੰਦ ਲਵਾਂ ਦੁਬਾਰਾ ਵੀ ਮੈਂ ਫਿਰ ਉੱਥੇ ਘੁੰਮ ਰਿਹਾ। ਆਹ ਨਾ ਮੈਂ ਹਿੰਦੀ ਵਾਲੇ ਇੱਕ ਕਿਸੇ ਦੇ ਯੂਟਿਊਬਰ 'ਤੇ ਆਹ ਸੀਨ ਦੇਖਿਆ ਸੀ, ਅਤੇ ਫਿਰ ਮੈਂ ਆਪਦੇ ਅੱਖਾਂ ਨਾਲ ਜਾ ਕੇ ਉੱਥੇ ਦੇਖਿਆ ਅਤੇ ਮੈਨੂੰ ਬਹੁਤ ਵਧੀਆ ਲੱਗਿਆ। ਤੁਸੀਂ ਵੀ ਐਂ ਹੀ ਹੋਵੋਗੇ ਹੈਰਾਨ ਜਦੋਂ ਤੁਸੀਂ ਦੇਖੋਗੇ ਪਹਿਲਾਂ ਵੀਡੀਓ 'ਚ, ਵੀਡੀਓ ਤੋਂ ਬਾਅਦ ਜਦੋਂ ਤੁਸੀਂ ਆਪਦੀਆਂ ਅੱਖਾਂ ਨਾਲ ਦੇਖੋਗੇ ਜਾ ਕੇ ਉੱਥੇ, ਤੁਸੀਂ ਇੱਕ ਡਿਫਰੈਂਟ ਫੀਲ ਆਊਗਾ ਤੁਹਾਨੂੰ ਸਾਰਾ, ਅਤੇ ਮੇਰੀ ਵੀਡੀਓ ਜ਼ਰੂਰ ਤੁਹਾਨੂੰ ਯਾਦ ਆਊਗੀ ਜਿਵੇਂ ਮੈਨੂੰ ਉਹ ਹਿੰਦੀ ਵਾਲੇ ਵੀਰ ਦੀ ਇੱਕ ਦੀ ਵੀਡੀਓ ਯਾਦ ਆਈ ਸੀ। ਅਤੇ ਦੇਖੋ ਪਹਾੜ ਕਿਵੇਂ ਕੱਟਿਆ ਹੋਇਆ, ਹੁਣ ਇਹੋ ਜਿਹਾ ਕੁਛ ਹੀ ਚੱਲਣਾ ਜੀ ਅੱਗੇ। ਠੀਕ ਆ ਜੀ, ਅੱਜ ਵਾਲੀ ਵੀਡੀਓ ਇੱਥੇ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਬੋਰ ਨਹੀਂ ਹੁਣ ਆਪਾਂ ਕਰਦੇ ਜੀ, ਪਿਛਲੀਆਂ ਵੀਡੀਓ 'ਚ ਤੁਸੀਂ ਬੋਰ ਹੋ ਗਏ ਪਰ ਹੁਣ ਨਹੀਂ ਕਰਦੇ ਐਤਕੀ ਆਪਾਂ, ਹੁਣ ਇਸ ਤੋਂ ਬਾਅਦ ਤੁਸੀਂ ਬੋਰ ਨਹੀਂ ਹੋਇਆ ਕਰੋਗੇ ਇਹ ਵੀਡੀਓ 'ਚ, ਇੰਨੀ ਆਪਣੀ ਗਰੰਟੀ ਆ। ਅਤੇ ਠੀਕ ਆ ਜੀ, ਦੇਖਣ ਲਈ ਧੰਨਵਾਦ ਜੀ, ਸ਼ੇਅਰ ਕਰਦਿਆ ਕਰੋ ਜੀ, ਕੋਈ ਗੱਲਬਾਤ ਹੁੰਦੀ ਹੈ ਤਾਂ ਆਪਣੇ ਇੰਸਟਾਗ੍ਰਾਮ 'ਤੇ ਆਪਾਂ ਨੂੰ ਮੈਸੇਜ ਕਰ ਲਿਓ ਤੁਸੀਂ ਜਾਂ ਥੱਲੇ ਕਮੈਂਟ 'ਤੇ ਕਰ ਲਿਓ, ਅਤੇ ਆਨੰਦ ਹੀ ਆਨੰਦ ਆ ਜੀ ਪੂਰਾ ਹੁਣ। ਠੀਕ ਆ ਜੀ, ਸ਼ੁਕਰੀਆ ਜੀ, ਲਓ ਜੀ 2 ਮਿੰਟ ਆਨੰਦ, ਮੈਂ ਕਰਦਾ ਆਪਣੀ ਜ਼ੁਬਾਨ ਬੰਦ, ਧੰਨਵਾਦ।
ਠੀਕ ਆ ਜੀ, ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ। ਰੁਕਾਵਟ ਕੇ ਲਈ ਖੇਦ ਹੈ, ਤੁਹਾਡਾ ਸਵਾਦ ਖਰਾਬ ਕਰਤਾ ਹੋਣਾ ਮੈਂ ਵੀਡੀਓ 'ਚ, ਅਤੇ ਆਨੰਦ ਬਈ ਗੱਲਬਾਤ ਆ। ਅਤੇ ਉਦੋਂ ਬਾਅਦ ਦੇ ਵਿੱਚ ਕੱਲ੍ਹ ਨੂੰ ਵੀਡੀਓ ਆਜੂਗਾ ਜੀ, ਕੱਲ੍ਹ ਨੂੰ ਆਪਣਾ ਤੁਸੀਂ ਅਗਲਾ ਪਾਰਟ ਦੇਖ ਸਕਦੇ ਹੋ ਜੀ। ਡੇਲੀ ਪਾਇਆ ਕਰਾਂਗੇ ਜੀ ਆਪਾਂ ਵੀਡੀਓ। ਅਤੇ ਹੋਰ ਕੋਈ ਗੱਲਬਾਤ ਖਾਸ ਨਹੀਂ ਹੈ ਜੀ। ਠੀਕ ਆ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ।